ਭੈਣ ਜੀ ਗੁਰਮੀਤ ਕੌਰ ਹੋਣਾ ਬਾਰੇ ਜਦੋਂ ਵੀ ਮੈਂ ਕਿਸੇ ਕੋਲ ਉਹਨਾਂ ਦੀ ਜਾਣ ਪਛਾਣ ਕਰਾਉਂਦਾ ਹਾਂ ਤਾਂ ਮੈਂ ਇਹ ਵੀ ਕਹਿੰਦਾ ਹੁੰਦਾ ਕਿ ਇਹ ਕਥਾਵਾਂ ਵਾਲੀ ਬੀਬੀ ਹੈ ਅਤੇ ਬਹੁਤ ਸਾਰੀਆਂ ਕਥਾਵਾਂ ਸੁਣਾਈਆਂ ਨੇ ਉਹਨਾਂ ਨੇ। ਇਹ ਕਿਤਾਬਾਂ ਜਿੰਨੀਆਂ ਵੀ ਲਿਖੀਆਂ ਇਹ ਕਿਤਾਬਾਂ ਯਕੀਨਨ ਬੱਚਿਆਂ ਦੇ ਲਈ ਵੀ ਓਨੀਆਂ ਹੀ ਲਾਹੇਵੰਦ ਨੇ, ਵੱਡੀ ਉਮਰ ਦੇ ਲਈ ਵੀ ਓਨੀਆਂ ਹੀ ਲਾਹੇਵੰਦ ਨੇ। ਮਰਜੀਵੜਾ ਕਿਤਾਬ ਬਹੁਤ ਖੂਬਸੂਰਤ ਆ। ਜਸਵੰਤ ਸਿੰਘ ਖਾਲੜਾ ਸਾਡੇ ਨਾਇਕ ਨੇ, ਜਿਨ੍ਹਾਂ ਨੇ ਪੰਜਾਬੀਆਂ ਦੀ ਸਿੱਖਾਂ ਦੀ ਹੋਂਦ ਦੇ ਬਾਰੇ ਮਨੁੱਖੀ ਅਧਿਕਾਰਾਂ ਦੇ ਲਿਹਾਜ਼ ਨਾਲ ਕੰਮ ਕੀਤਾ। ਪਰ ਇਹ ਸਾਡੀ ਤਰਾਸਦੀ ਹੈ ਕਿ ਅਸੀਂ ਅੱਜ ਵੀ ਜਸਵੰਤ ਸਿੰਘ ਖਾਲੜਾ ਬਾਰੇ ਬਹੁਤ ਘੱਟ ਜਾਣਦੇ। ਇਹਨਾਂ ਦੀ ਬਦੌਲਤ ਅੱਜ ਵੀ ਸਾਡੇ ਅੰਦਰ ਇੱਕ ਜਜ਼ਬਾ ਰਹਿੰਦਾ ਆ ਕਿ ਅਸੀਂ ਆਪਣੀ ਹੋਂਦ ਲਈ ਸੰਘਰਸ਼ ਕਰੀਏ, ਡਰੀਏ ਨਾ। ਬੱਚਿਆਂ ਦੇ ਲਈ ਬਹੁਤ ਪਿਆਰੀਆਂ ਪਿਆਰੀਆਂ ਕਿਤਾਬਾਂ ਨੇ, ਦੋ ਬਾਤਾਂ, ਤੋਤੇ ਅਤੇ ਲੀਲਾ, ਇਸੇ ਤਰ੍ਹਾਂ ਕੁੱਕੜ ਦਾ ਵਿਆਹ, ਇਸੇ ਤਰ੍ਹਾਂ ਬਾਤਾਂ ਚੂਹੇ ਅਤੇ ਸੱਪ ਦੀਆਂ, ਅਤੇ ਇੱਕ ਕਿਤਾਬ ਹੋਰ ਹੈ ਜਿਹੜੀ ਲਿਵ ਦੇ ਕੋਲੋਂ ਦੇਖਾਂਗੇ। ਲਿਵ ਕੌਰ ਭੈਣ ਜੀ ਗੁਰਮੀਤ ਕੌਰ ਹੁਣਾਂ ਦੀ ਕੁੜੀ ਆ, ਕੈਨੇਡਾ ਅਮੈਰੀਕਾ ਦੇ ਵਿੱਚ ਘੁੰਮਦੀ ਹੋਈ ਆਪਣੀ ਪੰਜਾਬੀ ਜ਼ੁਬਾਨ ਅਤੇ ਪੰਜਾਬੀ ਹੋਂਦ ਨੂੰ ਬਹੁਤ ਪਿਆਰ ਨਾਲ ਸਹੇਜ ਰਹੀ ਆ, ਉਹਦੇ ਉੱਤੇ ਕੰਮ ਕਰਦੀ ਆ। ਮਤਲਬ ਮੈਨੂੰ ਬਹੁਤ ਖੂਬਸੂਰਤ ਲੱਗਾ ਜਦੋਂ ਲਿਵ ਨੇ ਕਿਹਾ ਕਿ ਪੰਜਾਬੀ ਜ਼ੁਬਾਨ ਨਹੀਂ ਇਹ ਹੋਂਦ ਆ, ਬਹੁਤ ਪਿਆਰੀ ਗੱਲ ਸੀ। ਉਹਨੇ ਕਿਹਾ ਪੰਜਾਬੀ ਸਿਰਫ ਜ਼ੁਬਾਨ ਨਹੀਂ ਹੈ, ਪੰਜਾਬੀ ਸਿਰਫ ਕੱਪੜੇ ਨਹੀਂ, ਪਹਿਰਾਵਾ ਨਹੀਂ ਹੈ, ਪੰਜਾਬੀ ਸਿਰਫ ਖਾਣਾ ਨਹੀਂ ਹੈ, ਪੰਜਾਬੀ ਪੰਜਾਬੀਅਤ ਇੱਕ ਸੁਭਾਅ ਹੈ। ਲਿਵ ਕਿਵੇਂ ਦਾ ਲੱਗਾ ਪੰਜਾਬ 'ਚ ਆ ਕੇ? ਪੰਜਾਬ 'ਚ ਆ ਕੇ ਇੰਨਾ ਇੰਨਾ ਸੋਹਣਾ ਮੁਲਕ ਹੈ, ਇੰਨਾ ਇੰਨੀ ਹੈ ਨਾ, ਗਰਮੀ ਤਾਂ ਹੈ ਪਰ ਇੰਨੇ ਪਿਆਰੇ, ਇੰਨੀ ਪਿਆਰੀ ਬੋਲੀ ਹੈ ਉਹਦੀ, ਮੈਨੂੰ ਸਮਝ ਨਹੀਂ ਆ ਰਹੀ ਲੋਕੀ ਕਿਉਂ ਕਹਿ ਰਹੇ ਕਿ ਅਸੀਂ ਬਾਹਰ ਜਾਣਾ, ਅਸੀਂ ਇਹ ਕਰਨਾ, ਉਹ ਕਰਨਾ ਹੈ। ਅਤੇ ਇੱਥੇ ਇਹ ਸਿਰਫ ਮੇਰੀ ਦੂਜੀ ਵਾਰੀ ਹੈ ਇੱਥੇ ਪੰਜਾਬ ਆਉਣ ਦੀ, ਪਰ ਇਹ ਕਿਉਂਕਿ ਜਦੋਂ 6 ਸਾਲ ਦੀ ਸੀ ਤਾਂ ਮੈਨੂੰ ਜ਼ਿਆਦਾ ਯਾਦ ਨਹੀਂ ਸੀਗਾ। ਇਸ ਵਾਰੀ ਤਾਂ ਇੰਨੀਆਂ ਸੋਹਣੀਆਂ ਥਾਵਾਂ ਨੇ ਪੰਜਾਬ 'ਤੇ, ਯਕੀਨ ਹੀ ਨਹੀਂ ਹੋ ਰਿਹਾ ਕਿ ਉਹ ਝੋਨੇ 'ਤੇ ਪ੍ਰਦੂਸ਼ਣ ਵਾਲਾ ਪੰਜਾਬ ਹੈ, ਉਹੀ ਉਹ ਹੈ। ਮੈਂ ਸੋਚ ਰਿਹਾ ਵੀ ਕਿਸੇ ਵੀ ਗੱਲਬਾਤ ਦਾ ਸਿਲਸਿਲਾ ਅੱਗੇ ਤੋਰਨ ਤੋਂ ਪਹਿਲਾਂ ਆਪਾਂ ਲਿਵ ਦੇ ਕੋਲੋਂ ਕੋਈ ਕਹਾਣੀ ਸੁਣੀਏ। ਜ਼ਰੂਰ। ਅਤੇ ਲਿਵ, ਮੈਂ ਚਾਹੁੰਦਾ ਹਾਂ ਕਿ ਤੁਸੀਂ ਅੱਜ ਅਨਮਿਊਟ 'ਤੇ ਕੋਈ ਕਹਾਣੀ ਸੁਣਾਓ। ਠੀਕ ਹੈ ਜੀ। ਸੋ ਸਮਾਂ ਦੀ ਸਭ ਤੋਂ ਨਵੀਂ ਕਿਤਾਬ, ਸਭ ਤੋਂ ਨਵੀਂ ਨਹੀਂ, ਇੱਕ ਕਿਤਾਬ ਹੈ ਜੋ ਸਾਂਝਾ ਪੰਜਾਬ ਛਾਪ ਹੈ, ਉਹਨਾਂ ਦੇ ਪਹਿਲੀ 5 ਕਹਾਣੀਆਂ ਦੀ ਦਾ ਪੂਰਾ ਨੂੰ ਪੂਰਾ ਜੋੜ ਕੇ ਬਣੀ ਹੈ। ਅਤੇ ਅੱਜ ਮੈਂ ਤੁਹਾਡੇ ਨਾਲ ਕਹਾਣੀ ਸਾਂਝੀ ਕਰਾਂਗੀ, ਚਿੜੀ ਅਤੇ ਕਾਂ। ਮੈਨੂੰ ਇਹ ਬੜੀ ਪਿਆਰੀ ਲੱਗਦੀ ਹੈ ਕਿ ਇਹ ਸਿਖਾਉਂਦੀ ਹੈ ਕਿ ਤੁਸੀਂ ਹੈ ਨਾ, ਜੋ ਮਿਹਨਤ ਕਰਦਾ ਉਹਨੂੰ ਇਹ ਉਹਦਾ ਫਲ ਮਿਲਦਾ ਹੈ। ਸੋ ਪੇਸ਼ ਹੈ ਚਿੜੀ ਅਤੇ ਕਾਂ। ਇੱਕ ਸੀ ਚਿੜੀ ਅਤੇ ਇੱਕ ਸੀ ਕਾਂ, ਦੋਵੇਂ ਰਹਿੰਦੇ ਬੋਰਡ ਦੀ ਛਾਂ। ਚਿੜੀ ਸੀ ਭੋਲੀ, ਕਾਂ ਚਤਰ ਸਿਆਣਾ, ਚਿੜੀ ਨੂੰ ਲੱਭਾ ਕਣਕ ਦਾ ਦਾਣਾ। ਚਿੜੀ ਕਿਹਾ, ਵੀਰਾ ਕਣਕ ਉਗਾਈਏ, ਖੇਤੀ ਕਰੀਏ, ਰੱਜ ਰੱਜ ਖਾਈਏ। ਕਾਂ ਕਹਿੰਦਾ, ਤੂੰ ਚੱਲ ਪੈਣੇ, ਮੈਂ ਆਪਦਾ ਸੋਨੇ ਦੀ ਚੁੰਝ ਕੜਾਵਦਾ, ਮੈਂ ਪੈਰੀ ਮੋਜੇ ਪਾਵਦਾ ਤੇ ਠੁੰਮ ਠੁੰਮ ਕਰਦਾ ਆਵਦਾ। ਚਿੜੀ ਨੂੰ ਗੱਲਾਂ ਨਾਲ ਤਰਕਾਇਆ, ਚਿੜੀ ਗਈ ਪਰ ਉਹ ਨਾ ਆਇਆ। ਚਿੜੀ ਬੀਜਿਆ ਕਣਕ ਦਾ ਦਾਣਾ, ਨਿੱਕਾ ਸੋਨ ਸੁਨਹਿਰੀ ਦਾਣਾ। ਪਾਣੀ ਦਿੱਤਾ, ਉੱਗਿਆ ਬੂਟਾ, ਗੋਡੀ ਕੀਤੀ, ਵਧਿਆ ਬੂਟਾ। ਧੁੱਪਾਂ ਪਈਆਂ, ਸਿੱਟੇ ਭਰ ਗਏ, ਆਈ ਵਿਸਾਖੀ, ਦਾਣੇ ਪੱਕ ਗਏ। ਚਿੜੀ ਕਿਹਾ, ਸੁਣ ਵੀਰਾ ਕਾਵਾਂ, ਪੱਕੀ ਕਣਕ ਨੂੰ ਵੱਢਣ ਜਾਣਾ। ਕਾਂ ਕਹਿੰਦਾ, ਤੂੰ ਚੱਲ ਪੈਣੇ, ਮੈਂ ਆਪਦਾ ਸੋਨੇ ਦੀ ਚੁੰਝ ਕੜਾਵਦਾ, ਮੈਂ ਪੈਰੀ ਮੋਜੇ ਪਾਵਦਾ ਤੇ ਠੁੰਮ ਠੁੰਮ ਕਰਦਾ ਆਵਦਾ। ਚਿੜੀ ਨੂੰ ਫੇਰ ਚੱਕਰਾਂ ਵਿੱਚ ਪਾਇਆ, ਚਿੜੀ ਗਈ ਪਰ ਉਹ ਨਾ ਆਇਆ। ਧੁੱਪ ਸਿਖਰ ਦੀ,
गर्मी डाढ़ी, मुड़को मुड़की कर दी वाढ़ी, लग की कीती फेर गहाई, कानू ता भी लज ना आई, चिड़ी इकली कड्डे दाने, मेहनत कर दे सदा सियाने, रज रज बोटा ने मिल खाने, निक्के सोन सुनहरी दाने, दाने चुकण दा वेला आया, काने आके रोला पाया, मार के दबका चिड़ी डरा के, फसल ते अपना हक जताया, चिड़ी नू देके तोड़ी सारी, दाने सांबे पंड विच पारी, इन्ने नू बदल आ चढ़िया, बड़े जोर दा मी सी वरिया, चिड़ी तां तूड़ी अंदर लुक गई, मार उडारी मीं तो छुप गई, कां दाणिया विच किदां वड़दा, मीं दे अगे किदां खड़दा, गड़िया पन्निया कां चतर सियाणा, खाधी मार होया नताणा, चिड़ी ने मन्या रब दा पाणा, उन्ने सांभिया एक एक दाणा, एक रजिया एक भुखण पाणा, जो बीजिया उइयो खाणा, एक रजिया एक भुखण पाणा, जो बीजिया उइयो खाणा। ऐसी चिड़ी ते कहां। साढ़े घर ना टीवी सी ना रेडियो सी, पर एक बड़ा सोहना साढ़े घर का एक सुभा सी कि हर सर्दियां साड़िया इको जी होंदिया सी, जदों सियालां दे दिन होने रात नू सारा काम समेट के ते असी अपने बीजी ते पापा जी दे कमरे च आ जाना, ते पापा जी दे नाल एक रजाई च मैं पै जाना, दूसरे च मेरे भैन भरावां ने, ते बीजी ने साखियां सुनाउणियां, भाई बाले दी साखी, सूरज प्रकाश, गुरु नानक चमत्कार, कलगीधर चमत्कार, ते हर सियाल दे विच पूरा सियाल जिहड़ा आ उह इदां साखियां सुणदे लंघ जाणा, फिर अगला सियाल आउणा उस दे विच फिर तो उही भाई बाले दी साखी सुननी, पक्कियां हो जाणियां ते साखियां। इस तरह करदे करदे असीं पूरा, मैनूं लगदा पूरा एक दहाका जदों तक मैं होस्टल च नहीं गया ते इस तरह सुनिया आ असीं, ते इस तरह का कोई सबब मुड़ बनना चाहिए घर के अंदर, ये सोहनी गल है। मैं कहती हाँ कि लोरियां साखियां बातां लोक कथावां यह सारिया खंभ ला के किधरे उड़ गई ने, बिल्कुल। ते मेरा जिहड़ा छोटा जिहा उपराला है उन्होंने वापस लियाउण दा, क्योंकि दादियां नानियां नूं अजकल वेला नहीं है, उन्होंने आउंदियां भी नहीं ने, पर किताबा दे राही जदों पढ़दियां ने तो उन्होंने लगता आ बात मैं सुनी हुई है, मेरी बीबी ने सुनाई सी, तो फिर उन्होंने होर दी होर अगे याद आंदियां जांदियां ने। बड़ा खूबसूरत एहसास है जिहड़ा कर रहे सां कि घट्टो घट्ट साडियां जिहड़ियां बोलियां ने बच्चों दित्तियां जाण वालियां लोरियां ने उही संभाल लो, तो पहली गुड़ती तो उही है, बिल्कुल है ना। जिवें मैं अपनी कुड़ी नूं सवांदा हुंना सां लोरी दे के, तो वह लोरी उन्हू भी अज उवें याद है, तो अगों जदों उहदा निक्का भरा आया तो उन्हें अपने भरा नूं भी उसे तरह सुनाइया, बिल्कुल है ना। अल्लड़ बल्लड़ बावे दा बावा कणक लियावेगा, बावी बैठी छटेगी माँ पौणियां वटेगी, बावी मन पकावेगी बावा बैठा खावेगा, तो इस तरह दी बहुत सारिया ने, मतलब बहुत चा दे विच उस तरह ही जिवें सानू सुनाइया असी अगे सुनाइया। लिव कौर ने भी सुनी है, लिव कौर दा वर्जन सुनना चाहोगे तुसी? लिव कौर थोड़ा होर तरह सुनाउंदी है, है ना। हां जी, अल्लड़ बल्लड़ बावे दा बाबा कणक लियावेगा, बाबा कणक लियावेगा, कम निकम्मा करदा ना, पानी तख्ता परदा ना, की खट्टे की खावेगा, शाम नू प्या पछतावेगा, सांझ प्या पछतावेगा, सांझ प्या पछतावेगा। इसे तरह ही लोरियां बोलियां आबाद रखी है तां साडी होंद भी आबाद रहेगी, बिल्कुल। बहुत बहुत शुक्रिया अज खुलियां गल्लां बातां करन दे लई, ते मैनू लगता कि सानू सुनन वाले सिर्फ इन्हां गल्लां दे विच शरीक हो के इन्हां गल्लां नू महसूस करन, ते उहदे विच ही बहुत सारियां गल्लां दे जवाब मिल जाणगे। इह किसी नू ताना मिहणा नहीं आ, इह ते इहो आ कि असीं सिर्फ अपणिआं तक ही रोस कर रहे हां, ते उस रोस नू समझ लैण तां मैनू लगता बेहतर चीज़ां हो सकदियां। सारे जवाब साढ़े अंदर ही लुके ने, बिल्कुल।
ਬਹੁਤ ਮਿਹਰਬਾਨੀ ਅੱਜ ਮੈਨੂੰ ਸੱਦਣ ਦੀ। ਹਾਂਜੀ ਬਹੁਤ ਬਹੁਤ ਮਿਹਰਬਾਨੀ ਕਿ ਸਾਨੂੰ ਸੱਦਿਆ ਅਤੇ ਆਪਣਾ ਟਾਈਮ ਕੱਢਿਆ।